ਰੋਲ ਹੈ ਹਾਂ ਸਰ ਦੱਸ ਦਿਓ ਅੱਜ ਦੀ ਪ੍ਰੈਸ ਕਾਨਫਰੰਸ ਬਾਰੇ ਕੀ ਸਮਝ ਪੰਜਾਬ ਰਾਜ ਕਾਨੂੰਨੀ ਸੇਵਾ ਕਮੇਟੀ ਕੱਲ੍ਹ ਰਾਜੀਵ ਗਾਂਧੀ ਨੈਸ਼ਨਲ ਯੂਨੀਵਰਸਿਟੀ ਆਫ ਲਾਅ ਸਿੱਧੂਵਾਲ ਵਿਖੇ ਰਾਜ ਪੱਧਰੀ ਲੀਗਲ ਸਰਵਿਸ ਕੈਂਪ ਲਗਾ ਰਹੀ ਹੈ ਜੋ ਕਿ ਮਾਣਯੋਗ ਜਸਟਿਸ ਮਹੇਸ਼ ਗਰੋਵਰ ਜੀ ਜੋ ਐਗਜ਼ੀਕਿਟਿਵ ਚੇਅਰਮੈਨ ਹਨ ਪੰਜਾਬ ਰਾਜ ਕਾਨੂੰਨੀ ਸੇਵਾ ਕਮੇਟੀ ਦੇ ਉਹਨਾਂ ਦੇ ਦਿਸ਼ਾ ਨਿਰਦੇਸ਼ ਤਹਿਤ ਲਗਾਇਆ ਜਾ ਰਿਹਾ ਹੈ। ਇਸ ਕੈਂਪ ਤਹਿਤ ਅਸੀਂ ਸਰਕਾਰ ਦੀਆਂ ਜੋ ਲੋਕ ਭਲਾਈ ਦੀਆਂ ਸਕੀਮਾਂ ਹਨ ਉਹਨਾਂ ਦਾ ਬੈਨੀਫਿਟ ਲਾਭਪਾਤਰੀਆਂ ਤੱਕ ਪਹੁੰਚਾਵਾਂਗੇ ਅਤੇ ਅਸੀਂ ਆਪਣੇ ਪੈਰਾਲੀਗਲ ਵਲੰਟੀਅਰਸ ਅਤੇ ਪੈਨਲ ਲਾਇਰਸ ਦੇ ਰਾਹੀਂ ਅਲੱਗ ਅਲੱਗ ਪਿੰਡਾਂ ਵਿੱਚ ਸਰਵੇ ਕਰਾ ਕੇ ਲਾਭਪਾਤ ਲੋੜਵੰਦ ਲੋਕਾਂ ਨੂੰ ਲੱਭ ਕੇ ਉਹਨਾਂ ਦੇ ਫਾਰਮ ਵਗੈਰਾ ਭਰਾ ਕੇ ਉਹਨਾਂ ਦੇ ਸੰਬੰਧਿਤ ਮਹਿਕਮੇ ਨਾਲ ਕਨੈਕਟ ਕਰਵਾ ਕੇ ਅਤੇ ਫਾਰਮ ਪ੍ਰੋਸੈਸ ਕਰਵਾ ਕੇ ਕੱਲ੍ਹ ਨੂੰ ਬੈਨੀਫਿਟ ਰਿਲੀਜ਼ ਕੀਤੇ ਜਾਣਗੇ। ਕਰੀਬ 294 ਲੋਕਾਂ ਨੂੰ ਪੈਨਸ਼ਨ ਲਗਾਈ ਜਾਏਗੀ, 500 ਲੋਕਾਂ ਨੂੰ ਲੇਬਰ ਕਾਰਡ ਦਿੱਤੇ ਜਾਣਗੇ ਅਤੇ ਇਸ ਤੋਂ ਇਲਾਵਾ 200 ਲੋਕਾਂ ਦੇ ਕਰੀਬ ਡਰਾਈਵਿੰਗ ਲਾਇਸੈਂਸ ਦਿੱਤੇ ਜਾਣਗੇ, ਲਰਨਿੰਗ ਲਾਇਸੈਂਸ ਦਿੱਤੇ ਜਾਣਗੇ। ਇਸ ਕੈਂਪ ਵਿੱਚ ਅਸੀਂ ਇੱਕ ਨਵਾਂ ਐਂਗਲ ਤੋਂ ਕੰਮ ਕੀਤਾ ਹੈ ਕਿ ਸਿਰਫ ਲੋਕਾਂ ਨੂੰ ਕਾਨੂੰਨ ਜੋ ਉਹਨਾਂ ਨੂੰ ਹੱਕ ਦਿੰਦਾ ਹੈ ਉਹ ਹੱਕ ਹੀ ਨਹੀਂ, ਲੋਕਾਂ ਨੂੰ ਕਾਨੂੰਨ ਦੀ ਪਾਲਣਾ ਕਰਨ ਵੱਲ ਵੀ ਮੋੜਨ ਦੀ ਕੋਸ਼ਿਸ਼ ਕੀਤੀ ਹੈ ਤਾਂ ਕਿ ਅਸੀਂ ਲਾ ਕੰਪਲੈਂਟ ਸੁਸਾਇਟੀ ਬਣਾ ਸਕੀਏ। ਆਮ ਤੌਰ 'ਤੇ ਦੇਖਿਆ ਜਾਂਦਾ ਹੈ ਕਿ ਲੋਕ ਡਰਾਈਵਿੰਗ ਲਾਇਸੈਂਸ ਨਹੀਂ ਲੈਂਦੇ ਕਿਉਂਕਿ ਉਹਨਾਂ ਕੋਲ ਉਹ ਫੋਰਮੈਲਿਟੀਜ਼ ਪੂਰੀ ਕਰਨ ਤੋਂ ਕਤਰਾਉਂਦੇ ਹਨ ਅਤੇ ਉਹਨਾਂ ਨੂੰ ਡਰਾਈਵਿੰਗ ਲਾਇਸੈਂਸ ਦੀ ਇੰਪੋਰਟੈਂਸ ਹੀ ਨਹੀਂ ਪਤਾ। ਅਸੀਂ ਆਪਣੇ PLVs ਦੇ ਰਾਹੀਂ ਅਤੇ ਪੈਨਲਾਈਜ਼ ਦੇ ਰਾਹੀਂ ਲੋਕਾਂ ਨੂੰ ਡਰਾਈਵਿੰਗ ਲਾਇਸੈਂਸ ਦੀ ਇੰਪੋਰਟੈਂਸ ਬਾਰੇ ਦੱਸਿਆ ਅਤੇ ਉਹਨਾਂ ਦੇ ਫਾਰਮ ਵਗੈਰਾ ਭਰਾ ਕੇ ਉਹਨਾਂ ਨੂੰ ਲਰਨਿੰਗ ਲਾਇਸੈਂਸ ਦਾ ਜੋ ਵੀ ਫੋਰਮੈਲਿਟੀਜ਼ ਹੁੰਦੀਆਂ ਕਾਨੂੰਨ ਦੇ ਮੁਤਾਬਕ ਪੂਰੀਆਂ ਕਰਵਾ ਕੇ ਉਹਨਾਂ ਦੇ ਲਾਇਸੈਂਸ ਦੇ ਅਸੀਂ ਦਿਲਵਾ ਰਹੇ ਹਾਂ ਅਤੇ ਉਹਨਾਂ ਨੂੰ ਅੱਗੇ ਤੋਂ ਪ੍ਰੇਰਿਤ ਕੀਤਾ ਹੈ ਕਿ ਉਹ ਬਿਨਾਂ ਲਾਇਸੈਂਸ ਤੋਂ ਗੱਡੀ ਨਾ ਚਲਾਉਣ ਕਿਉਂਕਿ ਜਦੋਂ ਕੋਈ ਬਿਨਾਂ ਲਾਇਸੈਂਸ ਤੋਂ ਗੱਡੀ ਚਲਾਉਣ ਵਾਲਾ ਬੰਦਾ ਐਕਸੀਡੈਂਟ ਕਰ ਦਿੰਦਾ ਤਾਂ ਐਕਸੀਡੈਂਟ ਦੇ ਸ਼ਿਕਾਰ ਲੋਕਾਂ ਨੂੰ ਬੀਮਾ ਕੰਪਨੀ ਤੋਂ ਮੁਆਵਜ਼ਾ ਨਹੀਂ ਮਿਲ ਸਕਦਾ ਅਤੇ ਇਸ ਲਈ ਅਸੀਂ ਇਹ ਕੋਸ਼ਿਸ਼ ਕੀਤੀ ਹੈ ਕਿ ਸਾਰੇ ਲੋਕ ਆਪਣਾ ਲਾਇਸੈਂਸ ਹਾਸਲ ਕਰਨ ਅਤੇ ਲਾਇਸੈਂਸ ਲੈ ਕੇ ਹੀ ਗੱਡੀ ਚਲਾਉਣ। ਸਰ ਕੀ ਟਾਈਮਿੰਗ ਵਗੈਰਾ ਕਿੰਨੇ ਤੋਂ ਕਿੰਨੇ ਤੱਕ ਹੋਊਗਾ? ਟਾਈਮਿੰਗ ਇਹ ਕੈਂਪ ਕੱਲ੍ਹ ਸਵੇਰੇ 10 ਵਜੇ ਸ਼ੁਰੂ ਹੋ ਜਾਏਗਾ ਅਤੇ ਤਕਰੀਬਨ 1 ਵਜੇ ਤੱਕ ਚੱਲੇਗਾ। ਆਮ ਪਬਲਿਕ ਵੀ ਆ ਸਕਦੀ ਹੈ? ਮਤਲਬ ਕਿਵੇਂ ਆਮ ਪਬਲਿਕ ਆ ਸਕਦੀ ਹੈ? ਸਾਡੀ ਸਭ ਨੂੰ ਬੇਨਤੀ ਹੈ ਕਿ ਵੱਧੋ ਵੱਧ ਪਬਲਿਕ ਉੱਥੇ ਪਹੁੰਚੇ ਤਾਂ ਕਿ ਜੋ ਹੋਰ ਲੋਕ ਵੀ ਕੋਈ ਬੈਨੀਫਿਟਸ ਲਈ ਅਪਲਾਈ ਕਰਨਾ ਚਾਹੁੰਦੇ ਹਨ ਅਲੱਗ ਅਲੱਗ ਮਹਿਕਮਿਆਂ ਕੋਲ ਉਹ ਉੱਥੇ ਅਪਲਾਈ ਕਰਨ ਅਤੇ ਉਹਨਾਂ ਦੇ ਜਿਹੜੇ ਐਪਲੀਕੇਸ਼ਨਸ ਹੈ ਇਨ ਡਿਊ ਕੋਰਸ ਪ੍ਰੋਸੈਸ ਕਰਵਾਈਆਂ ਜਾਣਗੀਆਂ। ਸਾਰਾ ਫ੍ਰੀ ਆਫ ਕੋਸਟ ਹੋਏਗਾ ਜੋ ਵੀ ਉੱਥੇ ਕੰਮ? ਹਾਂ, ਉੱਥੇ ਸਾਰਾ ਕੰਮ ਫ੍ਰੀ ਆਫ ਕੋਸਟ ਹੋਏਗਾ।